ਬਰਥ ਕੰਟਰੋਲ ਇਜ਼ ਏ ਬਲੈਸਿੰਗ ਟੂ ਦੀ ਅਰਥ, ਸਾਡੀ ਧਰਤੀ ਮਾਤਾ ਵਾਸਤੇ ਜੇ ਆਪਾਂ ਜਨਸੰਖਿਆ ਕੰਟਰੋਲ ਕਰ ਲਾਂਗੇ ਇੱਕ ਵਰਦਾਨ ਹੋਏਗਾ, ਇੱਕ ਵਰਦਾਨ ਹੋਏਗਾ, ਖਾਸ ਕਰਕੇ ਔਰਤਾਂ ਨੂੰ, ਪੁਰਸ਼ਾਂ ਨੂੰ ਅਤੇ ਕਪਲਸ ਨੂੰ, ਵੀ ਉਹਨਾਂ ਨੇ ਆਪਣੀ ਇੱਕ ਅੱਛੀ ਜ਼ਿੰਦਗੀ ਕਿਵੇਂ ਜੀਣੀ ਹੈਗੀ ਹੈ ਅਤੇ ਕਿਵੇਂ ਧਿਆਨ ਰੱਖਣਾ ਪੋਪੂਲੇਸ਼ਨ ਕੰਟਰੋਲ ਦੇ ਵਿੱਚ। ਇਹ ਸਾਡੇ ਕੁਛ ਉਦੇਸ਼ ਹੈਗੇ ਨੇ ਵਰਲਡ ਪੋਪੂਲੇਸ਼ਨ ਡੇ 'ਤੇ, ਆਓ ਉਹਨਾਂ 'ਤੇ ਵਿਚਾਰ ਕਰੀਏ। ਜੇ ਆਪਾਂ ਇਹਨਾਂ 'ਤੇ ਵਿਚਾਰ ਕਰਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਾਡਾ ਇੰਡੀਆ ਨੰਬਰ 1 'ਤੇ ਹੋ ਗਿਆ ਵਰਲਡ ਪੋਪੂਲੇਸ਼ਨ ਦੇ ਵਿੱਚ, ਇਹ ਹੌਲੀ ਹੌਲੀ ਘਟੇਗਾ। ਇੱਥੇ ਰਿਸੋਰਸਿਸ ਵਧਣਗੇ, ਸਾਡੀ ਮਾਈਗ੍ਰੇਸ਼ਨ ਨਹੀਂ ਹੋਏਗੀ। ਦਿਲ ਦੁਖਦਾ ਸਾਡਾ ਕੇਵਲ ਕਿ ਹਾਏ ਬੱਚੇ ਬਾਹਰ ਜਾ ਰਹੇ ਨੇ। ਮੈਂ ਇਸ ਸੋਸ਼ਲ ਮੀਡੀਆ ਦੇ ਰਾਹੀਂ ਸਮੁੱਚੇ ਸਮਾਜ ਨੂੰ ਬੇਨਤੀ ਕਰਾਂਗਾ ਕਿ ਆਪਾਂ ਸੋਸ਼ਲ ਮੀਡੀਆ ਦੇ ਵਿਰੁੱਧ ਬਹੁਤ ਦੇਖਦੇ ਹਾਂ, ਫਾਰਵਰਡ ਕਰਦੇ ਹਾਂ, ਆਓ ਇਹ ਸਾਡੀ ਵੀਡੀਓ ਫਾਰਵਰਡ ਕਰੋ, ਸ਼ੇਅਰ ਕਰੋ, ਕਿਉਂ ਇਹ ਸਾਡਾ ਭਵਿੱਖ ਹੋਏਗਾ। ਜੇ ਆਉਣ ਵਾਲੇ ਟਾਈਮ 'ਚ ਇਵੇਂ ਹੀ ਪੋਪੂਲੇਸ਼ਨ ਵੱਧਦੀ ਰਹੀ, ਮਾਈਗ੍ਰੇਸ਼ਨ ਹੋਏਗੀ, ਬਰਬਾਦੀ ਹੋਏਗੀ, ਲੜਾਈਆਂ ਝਗੜੇ ਹੋਣਗੇ, ਉਸ ਰਿਸੋਰਸਿਸ ਘਟਣਗੇ। ਇਹ ਕਿਉਂ ਹੋਣਗੇ? ਕਿਉਂਕਿ ਆਪਾਂ ਅੱਜ ਧਿਆਨ ਨਹੀਂ ਕੀਤਾ। ਹਰ ਕੋਈ ਬੰਦਾ ਕਹਿ ਰਿਹਾ ਹੈਗਾ ਕਿ ਆਹ ਮਜਬੂਰੀਆਂ ਨੇ, ਮਾਈਗ੍ਰੇਸ਼ਨ ਹੋ ਰਹੀ ਹੈ। ਇਹ ਕਿਉਂ ਹੋ ਰਹੀ ਹੈ, ਰੂਟ ਕੋਜ਼ ਕੀ ਹੈ? ਇਹ ਇੱਕ ਦਿਨ ਠੀਕ ਹੋਣ ਵਾਲਾ ਨਹੀਂ। ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਹੀ ਦੱਸਿਆ ਕਿ ਮੈਨੂੰ ਚਿੰਤਾ ਕਿਉਂ ਆ। ਮੈਂ ਵੀ ਇੱਕ ਸਮਾਜ ਦਾ ਹਿੱਸਾ ਹਾਂ, ਮੈਂ ਵੀ ਇਸ ਧਰਤੀ ਦਾ ਇੱਕ ਬਛਿੰਦਾ ਹੈ। ਮੈਂ ਰਿਕੁਐਸਟ ਇਸ ਲਈ ਕਰ ਰਿਹਾ ਕਿ ਜਦੋਂ ਇਹਦੇ ਪਾਪੂਲੇਸ਼ਨ ਵਧਣੀ ਹੈ, ਹੋਰ ਵਧਣੀ ਹੈਗੀ ਹੈ, ਜਿਸ ਰਿਸੋਰਸਿਸ ਘਟਣਗੇ, ਬਿਮਾਰੀਆਂ ਵਧਣਗੀਆਂ। ਜੇ ਬਿਮਾਰੀਆਂ ਵਧਣਗੀਆਂ ਸਾਡਾ ਸਮਾਜ ਬਿਮਾਰ ਹੋਏਗਾ, ਅਤੇ ਇਕੱਲੇ ਡਾਕਟਰ ਤੰਦਰੁਸਤ ਨਹੀਂ, ਉਹ ਵੀ ਨਾਲ ਬਿਮਾਰ ਹੋਣਗੇ, ਉਹ ਵੀ ਉਸੇ ਸਿਸਟਮ ਦਾ ਹਿੱਸਾ ਬਣਨਗੇ। ਮੈਂ ਇੱਕ ਅੱਖਾਂ ਦਾ ਡਾਕਟਰ ਹਾਂ, ਮੈਂ ਵੇਖਦਾ ਜਿਹਨਾਂ ਨੂੰ ਸ਼ੂਗਰ ਹੋ ਰਹੀ ਬਹੁਤ ਜ਼ਿਆਦਾ, ਬਲੱਡ ਪ੍ਰੈਸ਼ਰ ਬਹੁਤ ਵੱਧ ਰਿਹਾ, ਖੁਰਾਕਾਂ ਆਪਾਂ ਸਾਰੇ ਸਮਝੇ ਕਿਸੇ ਦੀ ਖਾ ਰਹੇ ਹਾਂ ਆਪਾਂ, ਸੋ ਉਹਦੇ ਨਾਲ ਕੀ ਅੱਖਾਂ ਦੀ ਬਿਮਾਰੀਆਂ ਵੱਧ ਰਹੀਆਂ, ਪਰਦੇ ਸਮੱਸਿਆ ਆ ਰਹੀ ਹੈ। ਲੋਕਾਂ ਕੋਲ ਪੈਸਾ ਨਹੀਂ ਅੱਛਾ ਇਲਾਜ ਕਰਨ ਵਾਸਤੇ, ਸਾਡੇ ਕੋਲ ਆਉਂਦੇ ਨੇ, ਬੜਾ ਦੁੱਖ ਲੱਗਦਾ। ਲਾਸਟ ਸਟੇਜ ਆਉਣੀ ਜਦੋਂ ਆਪਾਂ ਇੰਨੀ ਬਲਾਈਂਡਨੈਸ ਹੋ ਜਾਂਦੀ ਹੈ, ਇੰਨੀ ਦ੍ਰਿਸ਼ਟੀਹੀਨਤਾ ਹੋ ਜਾਂਦੀ ਹੈ, ਆਪਾਂ ਕੁਛ ਕਰ ਨਹੀਂ ਸਕਦੇ ਸ਼ੂਗਰ ਕਰਕੇ। ਸੋ ਮੈਂ ਇੱਕ ਜੁੜਵਾ ਸਮਝਦੇ ਹੋਏ ਮੈਂ ਸੋਚਿਆ ਕਿਉਂ ਨਾ ਮੈਂ 11 ਜੁਲਾਈ ਜਿਹੜਾ ਵਰਲਡ ਪੋਪੂਲੇਸ਼ਨ ਡੇ ਨੂੰ ਅਸਲ ਸਮਝਾਂ, ਪਹਿਲਾਂ ਪੜ੍ਹਾ ਨੂੰ ਕਿਉਂ ਮਨਾਇਆ ਜਾਂਦਾ, ਕਿਉਂ ਸਾਰੇ ਚਿੰਤਕ ਕਰਦੇ ਨੇ, ਆਪਾਂ ਕਿਉਂ ਨਾ ਇਹਦੇ ਵਿੱਚ ਸ਼ਾਮਿਲ ਹੋਈਏ। ਜੇ ਪੋਪੂਲੇਸ਼ਨ ਕੰਟਰੋਲ 'ਚ ਹੋਏਗੀ, ਸੋਸ਼ਲ ਅੱਛੀਆਂ ਹੋਣਗੀਆਂ, ਸਿਹਤ ਅੱਛੀ ਹੋਏਗੀ ਤਾਂ ਬਿਮਾਰੀਆਂ ਨਹੀਂ ਹੋਣਗੀਆਂ। ਅਤੇ ਸਾਡਾ ਦਿਲ ਦੁੱਖਦਾ ਜੋ ਕਿਸੇ ਕੋਈ ਬਲਾਈਂਡਨੈਸ ਕਰਕੇ ਆਉਂਦਾ ਹੈ, ਤਾਂ ਮੈਂ ਵੀ ਸੋਚਣ ਮਜਬੂਰ ਹੋ ਜਾਂਦਾ ਕਿ ਮੈਨੂੰ ਵੀ ਕੁਛ ਕਰਨਾ ਚਾਹੀਦਾ ਜਿਤਨਾ ਵਾਸਤੇ ਭਲੇ ਸਾਰੇ ਹੋ ਜਾਣ। ਫਿਰ ਕੀ ਹੋਇਆ, ਮੈਂ ਇਕੱਲਾ ਇਹੋ ਜਿਹਾ ਹੈਗਾ, ਮੈਨੂੰ ਉਮੀਦ ਹੈ ਮੇਰੇ ਸਾਥੀ ਨਾਲ ਜੁੜਨਗੇ, ਸਾਡਾ ਕਾਫਲਾ ਬਣੇਗਾ, ਆਪਾਂ ਸਮਾਜ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਵਾਂਗੇ ਜਾਗਰੂਕਤਾ ਦੀ। ਸਾਨੂੰ ਫਿਰ ਆਗਰ ਟਾਈਮ ਬਾਹਰ ਜਾਣ ਦੀ ਲੋੜ ਨਹੀਂ ਪਏਗੀ, ਹੋਰ ਦੇਸ਼ਾਂ ਜਾ ਕੇ ਆਪਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ। ਇਹਦਾ ਕਾਰਨ ਇਹੀ ਹੈ, ਆਓ ਅਸੀਂ ਆਪਾਂ ਆਪਣੀ ਪੋਪੂਲੇਸ਼ਨ ਕੰਟਰੋਲ ਕਰੀਏ। ਇਹ ਜ਼ਰੂਰੀ ਨਹੀਂ ਕਿ ਸਾਡਾ ਜੋ ਸੋਸ਼ਲ ਮੀਡੀਆ ਸਾਡੇ ਜ਼ਮੀਨ ਵੇਖ ਰਹੇ ਨੇ ਆਪਾਂ ਜਾਗਰੂਕ ਹੈਗੇ ਹਾਂ, ਆਪਾਂ ਆਂਢ ਗੁਆਂਢ ਆਪਣੇ ਹੋਰ ਸੂਬਿਆਂ ਦੇ ਵਿੱਚ ਹੋਰਾਂ ਪਾਸੇ ਵੀ ਦੇਖੀਏ ਕਿ ਕੀ ਮਦਦ ਕਰ ਸਕਦੇ ਹਾਂ, ਆਪਾਂ ਕਿਵੇਂ ਪ੍ਰੇਰਿਤ ਕਰ ਸਕਦੇ ਹਾਂ ਕਿ ਪੋਪੂਲੇਸ਼ਨ ਕੰਟਰੋਲ ਹੋਵੇ। ਜੇ ਉੱਥੇ ਪੋਪੂਲੇਸ਼ਨ ਜ਼ਿਆਦਾ ਹੈ ਤਾਂ ਇਸ ਏਰੀਏ 'ਚ ਆਉਣੀ ਹੈਗੀ ਹੈ, ਇੱਥੋਂ ਫਿਰ ਲੋਕ ਬਾਹਰ ਜਾਣਗੇ। ਸੋ ਆਓ ਅਸੀਂ ਵਰਲਡ ਪੋਪੂਲੇਸ਼ਨ ਦੇ ਇੱਕ ਪ੍ਰਣ ਕਰੀਏ, ਸੋਚੀਏ ਕਿ ਮੈਂ ਕੀ ਕਰ ਸਕਦਾ। ਇਹ ਨਹੀਂ ਕਹਿਣਾ ਮੈਂ ਕੀ ਲੈਣਾ, ਮੈਂ ਕੀ ਲੈਣਾ, ਮੈਂ ਕੀ ਨਹੀਂ ਲੈਣਾ, ਜਿਹਦੇ ਆਪਾਂ ਇੰਡੀਆ ਵਰਲਡ ਦੇ ਵਿੱਚ ਨੰਬਰ 1 'ਤੇ ਪੋਪੂਲੇਸ਼ਨ 'ਤੇ ਆ ਗਏ ਹਾਂ ਜਨਸੰਖਿਆ 'ਤੇ, ਅਤੇ ਕੋਈ ਵੀ ਇਸ 'ਤੇ ਗੱਲ ਨਹੀਂ ਕਰਦਾ।
ਹਰ ਕੋਈ ਡਰਦਾ ਹੈ, ਇਗਨੋਰ ਕੀਤਾ ਹੋਇਆ ਪੋਪੂਲੇਸ਼ਨ ਨੂੰ, ਕੋਈ ਕਿਸ ਤਰ੍ਹਾਂ ਲੈਂਦੇ ਨੇ, ਕਿਵੇਂ ਲੈਂਦੇ ਨੇ ਉਹ ਮੈਂ ਸਮਝਾਵਾਂਗਾ, ਲੇਕਿਨ ਮੈਨੂੰ ਪਤਾ ਹਰ ਕੋਈ ਬੰਦੇ ਡਰਦੇ ਹੈ ਕਿ ਪੋਪੂਲੇਸ਼ਨ ਜਨਸੰਖਿਆ ਦੀ ਕੰਟਰੋਲ ਵਾਸਤੇ ਕੋਈ ਕੰਮ ਨਹੀਂ ਕਰਦਾ। ਮੈਨੂੰ ਯਾਦ ਹੈ ਮੈਂ ਜਦੋਂ ਗਵਰਨਮੈਂਟ ਜੋਬ ਸੀਗਾ ਉਦੋਂ ਕਾਫੀ ਕੰਮ ਕੀਤਾ ਪੋਪੂਲੇਸ਼ਨ, ਬਹੁਤ ਕੰਮ ਕੀਤਾ, ਬੜਾ ਚੰਗਾ ਲੱਗਦਾ ਸੀ, ਬੜਾ ਨਾਟਕ ਭੱਜ ਕੀਤੇ ਸੀ, ਲੇਕਿਨ ਇਕੱਲਾ ਬੰਦਾ ਕੀ ਕਰ ਸਕਦਾ। ਆਓ ਤੁਸੀਂ ਮੇਰਾ ਸਾਥ ਦਿਓ ਸਾਡੇ ਇਸ ਵਰਲਡ ਪਬਲਿਕ ਡੇ ਦੇ ਵਿੱਚ, ਆਪਾਂ ਪ੍ਰਣ ਕਰੀਏ, ਆਪਣੀ ਬਣਤੀ ਜ਼ਿੰਮੇ ਨਿਭਾਈਏ, ਅਤੇ ਇਹ ਜਿਹੜਾ ਸੰਸਾਰ ਹੈ ਸੁੰਦਰ ਸੰਸਾਰ ਬਣਾਈਏ, ਖੁਸ਼ਨੁਮਾ ਬਣਾਈਏ, ਤੰਦਰੁਸਤ ਬਣਾਈਏ। ਹਾਂ, ਮੈਂ ਇੱਕ ਡਾਕਟਰ ਹੋਣ ਦੇ ਨਾਤੇ, ਅੱਖਾਂ ਉੱਠਣ ਦੇ ਨਾਤੇ ਮੈਂ ਲੋੜਵੰਦੀ ਹੈਲਪ ਕਰ ਸਕਦਾ, ਇੱਕ ਅੱਖਾਂ ਉੱਠਣ ਦੇ ਨਾਤੇ, ਚਾਹੇ ਕਿਸੇ ਨੂੰ ਚਿੱਟੇ ਮੋਤੀ ਸਮੱਸਿਆ ਹੈ, ਜਿਵੇਂ ਡਾਂਗ ਐਡਵਾਂਸ ਟੈਕਨੋਲੋਜੀ ਨਾਲ ਸਰਜਿਸ ਕਰਦੇ ਹਾਂ। ਫਿਰ ਕਾਲਾ ਮੋਤੀਆ ਦ੍ਰਿਸ਼ਟੀਹੀਨਤਾ ਹੋ ਜਾਂਦੀ ਪਰਮਾਨੈਂਟ, ਉਹਦੀ ਵਧੇਰੀ ਜਾਂਚ ਦੇ ਨਾਲ ਸਰਜਿਸ, ਸ਼ੂਗਰ ਨਾਲ ਅੱਖਾਂ ਦੇ ਪਰਦੇ ਮਾੜੇ ਸੇ ਹੋ ਜਾਂਦੇ ਨੇ, ਸਾਡੇ ਵਰਲਡ ਲੈਵਲ ਦੇ ਡਾਕਟਰ ਸਾਹਿਬਾਨਾਂ ਵੱਲੋਂ ਚੈੱਕਅਪ ਹੁੰਦਾ ਆ, ਅਤੇ ਐਡਵਾਂਸ ਟੈਕਨੋਲੋਜੀ ਨਾਲ ਉਹਦੇ ਸ਼ੂਗਰ ਨਾਲ ਅੱਖਾਂ ਦੇ ਪਰਦੇ ਮਾੜੇ ਹੋ ਸਕਦੇ, ਸਭ ਤਰ੍ਹਾਂ ਦੇ ਗੀਜ਼ਰ ਹੋ ਗਈਆਂ, ਸਰਜਿਸ ਹੋ ਗਈਆਂ, ਪਰਦੇ ਦੀ ਹਰ ਬਿਮਾਰੀ ਦਾ ਆਪਾਂ ਇਲਾਜ ਕਰਦੇ ਹਾਂ, ਪਰਦੇ ਹਿੱਲ ਜਾਂਦੇ ਨੇ, ਲੈਟਿਨ ਡਿਟੈਚਮੈਂਟ ਹੋ ਜਾਂਦੀ, ਟੀਡਾ ਬਣਦੇ ਬੱਚੇ, ਟੀਡਾ ਦੇਖਦੇ ਨੇ ਪੈਕਾਂ ਮਾਰ ਕੇ ਪੈਦਾ ਰਹਿੰਦੇ, ਅੱਖਾਂ ਸੱਟਾਂ ਲੱਗ ਜਾਂਦੀਆਂ ਨੇ। ਸਾਡਾ ਸ਼ਹਿਰ ਲੁਧਿਆਣਾ ਇੱਕ ਇੰਡਸਟਰੀਅਲ ਸਿਟੀ ਹੈਗਾ, ਸੱਟਾਂ ਲੱਗਦੀਆਂ ਨੇ, ਆਪਾਂ 24 ਆਰ 7 ਦਿਨ ਹਮੇਸ਼ਾ ਹਾਲ ਹੈ ਹੈਗੇ। ਅੱਖਾਂ 'ਚ ਇਨਫੈਕਸ਼ਨ ਹੁੰਦੀਆਂ ਨੇ, ਕੋਰਨੀਅਲ ਬਲਾਈਂਡਨੈਸ, ਪਿਛਲੇ 32% ਮੇਨ ਜਿਹੜੇ ਹੈਗੇ ਆਪਾਂ ਅੱਖਾਂ ਦਾ ਆਉਂਦੇ ਮੈਨੂੰ ਲੱਗਦੇ, ਅਤੇ ਸਮੁੱਚੇ ਪੰਜਾਬ ਦੇ ਵਿੱਚ ਸਾਡੇ ਸਹਿਯੋਗੀ ਨੇ ਅੱਖਾਂ ਦਾ ਦਾ ਹੁਕਾ ਦਿੰਦੇ ਨੇ, ਅੱਖਾਂ ਦਾ ਲੈਂਦੇ ਨੇ, ਅਤੇ ਸਾਡੇ ਕੋਲ ਆਈ ਬੈਂਕ ਖਰੀਦਣਾ, ਆਈ ਬੈਂਕ ਜਿਹੜਾ ਗਵਰਨਮੈਂਟ ਵੱਲੋਂ ਮਨਜ਼ੂਰ ਸ਼ੁਦਾ ਆਈ ਬੈਂਕ ਹੈ, ਅਤੇ ਬਿਲਕੁਲ ਫ੍ਰੀ ਕੋਰਨੀ ਟ੍ਰਾਂਸਪਲਾਂਟ ਕਰਦੇ ਆ, ਤੁਹਾਡੇ ਸਿੰਗਲ ਪੈਨੀ, ਜ਼ਿਆਦਾ ਅੱਖਾਂ ਨੂੰ ਲੈਣ ਵਾਲੇ ਘੱਟ ਨੇ, ਸਮੁੱਚੇ ਦੇਸ਼ 'ਚ ਆਪਾਂ ਹੁਕਾ ਦਿੰਦੇ ਹਾਂ ਕਿ ਆਓ ਤੁਹਾਡੇ ਫ੍ਰੀ ਕੋਰਨੀ ਟ੍ਰਾਂਸਪਲਾਂਟ ਕਰਵਾ ਦਿਓ। ਨੌਜਵਾਨ ਨੇ ਜਿਨ੍ਹਾਂ ਨੂੰ ਚਾਹੁੰਦੇ ਨੇ ਚਸ਼ਮਾ ਧਾਰਨਾ, ਉਹਨਾਂ ਵਾਸਤੇ ਸਾਡੇ ਕੋਲ ਵਿਸ਼ੇਸ਼ ਵਰਲਡ ਦੀ ਫਾਸਟੈਸਟ ਅਤੇ ਲੇਟੈਸਟ ਟੈਕਨੋਲੋਜੀ ਹੈ ਕੰਟੂਰਾ ਵਿਜ਼ਨ ਟੈਕਨੋਲੋਜੀ, ਲੇਸਿਕ ਸਰ, ਉਹ ਵੀ ਆਪਾਂ ਕਾਫੀ ਲੰਬੇ ਟਾਈਮ ਤੋਂ ਸਲਾਮਤ ਕਰਦੇ ਆ ਰਹੇ ਹਾਂ। ਸੋ ਮੇਰੀ ਬੇਨਤੀਆਂ ਸੀਗੀਆਂ, ਇੱਕ ਡਾਕਟਰ ਹੁੰਦੇ ਨਾਲ ਅਤੇ ਸਮਾਜ ਪ੍ਰਤੀ ਚਿੰਤਾ ਉਹ ਆਪਦੇ ਨਾਲ ਸ਼ੇਅਰ ਕੀਤੀ ਹੈਗੀ ਹੈ, ਅਤੇ ਨਾਲ ਜੋ ਆਪਾਂ ਸਮਾਂ ਨਿਭਾ ਰਹੇ ਹਾਂ ਆਪਣੇ ਹੋਸਪਿਟਲ ਡਾਕਟਰ ਮੇਰੀ ਸਪੈਸ਼ਲਿਟੀ ਆਈ ਐਮ ਈ ਸੈਂਟਰ ਭਾਈ ਰਣਜੀਤ ਸਿੰਘ ਲੁਧਿਆਣਾ ਆ ਜਾਣਾ, ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈਗੀ ਹੈ ਸਾਡੇ ਇਸ ਵੀਡੀਓ ਦੇ ਉੱਤੇ ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਇੱਥੇ ਆ ਕੇ ਮਿਲ ਸਕਦੇ ਹੋ, ਪੈਦਾ ਲੈ ਸਕਦੇ ਹੋ। ਮੈਨੂੰ ਉਮੀਦ ਹੈ ਸਾਡੀ ਇਸ ਵੀਡੀਓ ਨੂੰ ਤੁਸੀਂ ਮੈਕਸਿਮ ਸ਼ੇਅਰ ਕਰੋਗੇ, ਕਿਉਂਕਿ ਇਹਦੇ 'ਚ ਤੁਸੀਂ ਵੀ ਇਨਵੋਲਵ ਹੋ, ਇਕੱਲਾ ਇਨਵੋਲਵ ਹੋ। ਹਾਂ, ਫਿਰ ਮਿਲਦੇ ਹਾਂ ਇੱਕ ਅਗਲੀ ਹੈਲਥ ਐਜੂਕੇਸ਼ਨ ਦੀ ਮੋਟੀਵੇਸ਼ਨ ਵੀਡੀਓ ਨਾਲ। ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਮਹੇਸ਼, ਲੇਸਿਕ ਅਤੇ ਡਾਕਟਰ ਮਹੇਸ਼, ਸੁਪਰ ਸਪੈਸ਼ਲਿਟੀ ਆਈ ਐਮ ਸੈਂਟਰ ਬਾਈ ਰਣਜੀਤ ਸਿੰਘ।